ਅਸੀਂ ਰਜਿਸਟਰ ਕੀਤੀ ਐਫ ਆਈ ਆਰ ਨੰਬਰ 42। ਉਹਦੇ 'ਚ ਸਾਨੂੰ ਪਤਾ ਚੱਲਿਆ ਕਿ ਸ਼ਾਮ ਦੇ 9:30-10 ਵਜੇ ਇੱਕ ਛੋਟੇ ਹਾਥੀ 'ਤੇ ਆਪਣਾ ਮਕਬੂਲਪੁਰਾ ਫਲੈਟਸ ਹੈਗੇ ਹੈ ਨੀਅਰ ਗੁਰਦੁਆਰਾ ਦਮਦਮਾ ਸਾਹਿਬ, ਉੱਥੇ ਫਾਇਰ ਹੋਇਆ ਅਤੇ 58,000 ਰੁਪਇਆ ਲੁੱਟ ਕੇ ਲੈ ਗਏ ਆ 2-3 ਜਣੇ। ਚਲੋ ਅਸੀਂ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਗਈ ਐਸ ਐਚ ਓ ਸਾਹਿਬ ਅਤੇ ਸੀ ਪੀ ਸਾਹਿਬ ਜਸ਼ਨਦਰ ਦੇ ਸ਼ੇਠ, ਏ ਡੀ ਐਸ ਪੀ ਫਰੀ ਸਾਹਿਬ ਸ਼੍ਰੀ ਨਵਜੋਤ ਸਿੰਘ ਜੀ, ਏ ਸੀ ਪੀ ਸ਼੍ਰੀ ਗੁਰਿੰਦਰਬੀਰ ਸਿੰਘ। ਇਹਨਾਂ ਨੇ ਬਹੁਤ ਮਿਹਨਤ ਕੀਤੀ ਇੰਕਲੂਡਿੰਗ ਥਾਣਾ ਟੀਮ, ਅਤੇ ਮੌਕੇ 'ਤੇ ਗਏ ਅਤੇ ਸਾਰਾ ਮੌਕਾ ਦੇਖਿਆ, ਅਤੇ ਉਸ ਤੋਂ ਮੌਕਾ ਦੇਖਣ ਤੋਂ ਬਾਅਦ ਇਹਨਾਂ ਤਫਤੀਸ਼ ਜਾਰੀ ਕਰ ਲਈ ਅਤੇ ਪਰਚਾ ਦਰਜ ਕਰਤਾ ਸੁਰਿੰਦਰ ਸਿੰਘ ਦੇ ਬਿਆਨ 'ਤੇ। ਜਦੋਂ ਅੱਗੇ ਤਫਤੀਸ਼ ਹੋਈ, ਜਦੋਂ ਸੀ ਸੀ ਟੀਵੀ ਕੈਮਰਾਸ ਦੇਖੇ ਅਤੇ ਹੋਰ ਆਪਣਾ ਕੀਤਾ, ਉਸ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਐਫ ਆਈ ਆਰ ਆਪਣਾ ਸੁਰਿੰਦਰ ਸਿੰਘ ਨੇ ਕਰਾਈ ਹੈ ਇਹ ਕੌਨਕੋਰਡੇਟ ਸਟੋਰੀ ਹੈ, ਅਤੇ ਉਸ ਤੋਂ ਆਪਣਾ ਜਿਹੜਾ ਜਸਪ੍ਰੀਤ ਸਿੰਘ ਹੈ ਇੱਕ ਹੋਲਸੇਲਰ ਹੈ ਉਹਦਾ ਛੋਟਾ ਹਾਥੀ ਹੈ ਅਤੇ ਉਹ ਹੋਲਸੇਲਰ ਹੈ ਕਰਿਆਨੇ ਦਾ। ਉਹ ਅੱਗੇ ਉਹਦੇ ਸੁਰਿੰਦਰ ਸਿੰਘ ਅਤੇ ਹਰਦੀਪ ਸਿੰਘ ਉਹਦੇ ਕਰਿੰਦੇ ਨੇ। ਉਹਨਾਂ ਨੇ ਸੁਨੀਲ ਅਤੇ ਚੰਦ ਨਾਲ ਮਿਲ ਕੇ, ਦੋ ਜਣਾ ਮਿਲ ਕੇ ਗੋਲੀ ਚਲਵਾਈ ਛੋਟੇ ਹਾਥੀ 'ਤੇ ਅਤੇ ਡਰਾਮਾ ਰਚਿਆ ਕਿ ਪੈਸੇ ਖੋਣ ਦਾ। ਅਤੇ ਉਸ ਤੋਂ ਬਾਅਦ ਜਦੋਂ ਸਾਰੀ ਸਟੋਰੀ ਕਲੀਅਰ ਹੋ ਗਈ, ਅਸੀਂ ਐਫ ਆਈ ਆਰ ਦਾ ਆਪਣਾ ਮਦਈ ਬਣਾਇਆ ਜਸਪ੍ਰੀਤ ਸਿੰਘ ਨੂੰ, ਅਤੇ ਸੈਕਸ਼ਨ 420, 406, 336, 427, 379 B2 ਅਤੇ 25-54 ਆਰਮਸ ਐਕਟ ਐਡ ਕੀਤਾ। ਅਤੇ ਫਿਲਹਾਲ ਸਾਡੇ ਕੋਲ ਆਪਣਾ ਸੁਨੀਲ ਅਤੇ ਚੰਦ ਗ੍ਰਿਫਤਾਰ ਹੈਗੇ ਆ ਜੀ, ਨਾਲ ਸੁਰਿੰਦਰ ਸਿੰਘ ਅਤੇ ਹਰਦੀਪ ਸਿੰਘ, ਅਤੇ ਆਪਣਾ ਇਹਦੇ ਕੋਲੋਂ ਸੁਰਿੰਦਰ ਸਿੰਘ ਤੋਂ ਸਾਨੂੰ ਮਿਲਿਆ 58,000 ਕੈਸ਼ ਅਤੇ ਹਰਦੀਪ ਸਿੰਘ ਦੇ ਪੁਜੈਸ਼ਨ ਤੋਂ ਸਾਨੂੰ 32 ਬੋਰ ਦਾ ਪਿਸਟਲ ਮਿਲਿਆ ਇਲੀਗਲ ਨੋਨ ਲਾਇਸੈਂਸ ਵੈਪਨ, ਅਤੇ ਇਹ ਸਾਡਾ ਹੁਣ ਤੱਕ ਦੀ ਤਫਤੀਸ਼ ਦਾ ਹੈਗਾ। ਹਾਲੇ ਤਾਂ ਅਸੀਂ ਉਹਨਾਂ ਨੂੰ ਹੁਣ ਫੜਿਆ, ਅਤੇ ਬਾਕੀ ਇਹ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਇਨਕੁਆਇਰੀ ਤੋਂ ਕੀ ਹੈ ਲੈ ਕੇ ਆਇਆ ਉੱਥੋਂ ਯੂਪੀ ਤੋਂ ਲੈ ਕੇ ਆਇਆ। ਮਿਲੀ ਭੁਗਤ ਸੀਗੀ ਕਰਿੰਦਿਆਂ ਦੀ, ਅਤੇ ਘਬਰਾਉਣ ਦੀ ਬਿਲਕੁਲ ਲੋੜ ਨਹੀਂ, ਇਹ ਤਾਂ ਕੋਈ ਬਾਹਰੋਂ ਕੋਈ ਕ੍ਰਿਮੀਨਲ ਨਹੀਂ ਸੀਗਾ, ਆਪਸ ਵਿੱਚ ਹੀ ਇਹਨਾਂ ਨੇ ਸਟੋਰੀ ਬਣਾ ਕੇ ਕਿ 55,000 ਰੁਪਏ ਦਾ ਇਹਨਾਂ ਨੇ ਕਰਨ ਦਾ ਕੀਤਾ ਸੀਗਾ ਗਬਨ। ਉਹ ਹਾਲੇ ਅਸੀਂ ਵੈਰੀਫਾਈ ਕਰ ਰਹੇ ਜੀ, ਹੁਣੇ ਫੜੇ ਆ ਜੀ।